ਜਗਦੀਪ ਆ ਬਾਪੂ ਉਰੇ ਆਈ ਸ਼ੇਰਾ ਆਉਣਾ ਬਾਪੂ ਕਿਵੇਂ ਕੋਈ ਕੰਮ ਆ ਕੰਮ ਸੀ ਸ਼ੇਰਾ ਥੋੜਾ ਜਾ ਉਰੇ ਆ ਪੁੱਤ ਗੱਲ ਸੁਣ ਮੇਰੀ ਬਾਪੂ ਉਹ ਜਾ ਪੁੱਤ ਟਾਈਮ ਪਹਿਲਾਂ ਹੀ ਬਹੁਤ ਹੋ ਰਿਹਾ ਅਗਲੇ ਡੀਕ ਕਰੀ ਜਾਂਦੇ ਹੁਣ ਤੇਰੀ ਉਹ ਬਾਪੂ ਮੈਂ ਪਰਨਾ ਲਾਉਣ ਲੱਗ ਗਿਆ ਸੀਗਾ ਮੈਂ ਜਾਣਾ ਬਸ ਜਾਣਾ ਐ ਕਰੀ ਡੱਬੇ 'ਚ ਰੋਟੀਆਂ ਪਈਆਂ ਰੋਟੀਆਂ ਖਾ ਲਈ ਕੋਈ ਨੀ ਸ਼ੇਰਾ ਰੋਟੀ ਖਾ ਲੂ ਮੈਂ ਤੂੰ ਜਾ ਟਾਈਮ ਨਾਲ ਹਾਂ ਤੇ ਤੂੰ ਰੋਟੀ ਖਾ ਲਈ ਟਾਈਮ ਨਾਲ ਮੈਂ ਜਾਣਾ ਉਹਨਾਂ ਦੇ ਚੰਗਾ ਇੱਥੇ ਤਾਂ ਕੋਈ ਹੈ ਹੀ ਨਹੀਂ ਗਾ ਉਹ ਮੁੰਡਾ ਪਿਆ ਗਾ ਉਹਨੂੰ ਪੁੱਛਦੇ ਆ ਵੀ ਕਿਵੇਂ ਆ ਪਰ ਉਹਨੂੰ ਪੁੱਛਦੇ ਗੱਲ ਸੁਣਿਓ ਸਤਿ ਸ੍ਰੀ ਅਕਾਲ ਚਾਚਾ ਸਤਿ ਸ੍ਰੀ ਅਕਾਲ ਹੋਰ ਕਿਵੇਂ ਆ ਵਧੀਆ ਪੁੱਤ ਵਧੀਆ ਤਾਂ ਡੈਡੀ ਕਿੱਥੇ ਆ ਡੈਡੀ ਤਾਂ ਉਹ ਉੱਧਰ ਲਿਖੇ ਤੇ ਗਏ ਨੇ ਮੈਨੂੰ ਬਿਠਾ ਗਿਆ ਇੱਥੇ ਮੇਰਾ ਡੈਡੀ ਕਹਿੰਦਾ ਉਹ ਭਈਆ ਕਹੀ ਜਦੋਂ ਤੇਰਾ ਚਾਚਾ ਆ ਗਿਆ ਉਹਨੂੰ ਕਹਿ ਦੀ ਉਹ ਖਲਕ ਤਾਂ ਮੈਂ ਦੱਸਾਂ ਹਾਂ ਖਲਕ ਨਾ ਮੇਰਾ ਡੈਡੀ ਆਇਆ ਇਹਨੂੰ ਕਹਿ ਕੇ ਗਿਆ ਅੱਛਾ ਇਹ ਗੱਲ ਕਰਨਾ ਹੈ ਉਹ ਦੂਸਰੇ ਗੇਟ ਗਏ ਹੋਏ ਹੈ ਹਾਂ ਦੂਸਰੇ ਗੇਟ ਗਏ ਚੱਲ ਮੈਂ ਘੜ ਦਿੰਦਾ ਠੀਕਾ ਆ ਭਈਆ ਕਹੀ ਚਾਚਾ ਘੜ ਠੀਕ ਆ ਠੀਕ ਆ ਮਜ਼ਾ ਬਣ ਲੜੀਏ ਯਾਰ ਗਰਮੀ ਬਾਲੀ ਕਰ ਰੱਖੀ ਆ ਓਹੋ ਦਮ ਲੈ ਲਾ ਮਾਣਾ ਕਰ ਲਾਂਗੇ ਫਿਰ ਹਾਏ ਓਰੇ ਬਾ ਇੰਨੀ ਗਰਮੀ ਕੱਲਾ ਮੀਂਹ ਮੂੰਹ ਪਾਵੇ ਗਰਮੀ ਬਾਲੀ ਕਰਨੀ Oh.
ਸਿਹਰਾ ਖੰਗੀ ਜੇ ਵਾਲਾ ਜਾਂਦਾ ਹੈ। ਓ ਸਿਹਰਾ ਖੰਗ ਜੀ ਵਾਲੀ ਹੋ ਰਹੀ ਆ। ਕੀ ਹੋ ਗਿਆ? ਖਾਜਾ ਹੋਈ ਜਾਂਦਾ ਸਿਹਰਾ। ਦਵਾਈ ਲੈ ਕੇ ਆਉਣੀ ਸੀ ਸਿਹਰਾ ਮੈਂ। ਦਵਾਈ ਲੈ ਕੇ ਆਉਣੀ ਹੈ ਹੋਰ ਸਿਹਰਾ? ਬਾਪੂ ਮੇਰੇ ਕੋਲ ਤਾਂ ਰੁਪਈਆ ਵੀ 300 ਹੀ ਅੱਜ ਉਹਨਾਂ ਨੇ ਦਿੱਤਾ ਗਾ। ਰੁਪਈਏ ਤਾਂ ਸਿਹਰਾ ਫਿਰ ਹੋਰ ਪੁੱਛਣੇ ਪੈਣਗੇ ਕਿਸੇ ਨੂੰ। ਹੁਣ ਇੰਨੇ 300 ਦਾ ਤੇਰੀ ਦਵਾਈ ਆਉਣੀ ਨੀ ਹੈਨਾ। ਹੋਰ ਸਿਹਰਾ ਚੱਲ ਮੈਂ ਪੁੱਛ ਕੇ ਆਉਣਾ, ਪਰ ਕਿਤੋਂ ਮੈਂ ਲੈ ਕੇ ਆਉਣਾ ਚੰਗਾ? ਪਾਣੀ ਲੈ ਕੇ ਦੇਵਾਂ? ਨਾ ਪਾਣੀ ਦੀ ਨੀ ਲੋੜ ਸਿਹਰਾ, ਪੈਸਿਆਂ ਦਾ ਪ੍ਰਬੰਧ ਕਰ। ਚੱਲ ਬਾਪੂ ਮੈਂ ਲਿਆਉਣਾ ਲਿਆਉਣਾ। ਸਰਦਾਰ ਜੀ। ਹਾਂ ਬਾਈ, ਕੌਣ ਆ? ਯਾਰ ਮੈਂ ਹੋਰ ਤੈਨੂੰ ਕਿੰਨੇ ਕੁ ਪੈਸੇ ਦੇ ਜਾਵਾਂ ਬਾਈ? ਤੂੰ ਇਹਨੂੰ ਪੈਸੇ ਦੇਵੇਂਗਾ? ਸਿਰੇ ਦਾ ਨੰਗਾ ਇਹਨੂੰ ਆਪਾਂ ਨੂੰ ਇਦੋਂ ਤੱਕ ਕੀ ਲੋੜ ਪਊਗੀ? ਉਹ ਤਾਂ ਯਾਰ ਪਤਾ ਹੈ, ਪਤਾ ਹੁਣ ਇਹ ਰੋਜ਼ ਆ ਕੇ ਖੜ ਜਾਂਦੇ ਨੇ, ਹੁਣ ਇਹਨਾਂ ਦਾ ਕੀ ਕਰੀਏ? ਇਹ ਪੈਸੇ ਪੂਸੇ ਨਹੀਂ ਮੋੜਦਾ, ਸਿਰੇ ਦਾ ਨੰਗਾ ਹੈ, 100 ਕੋਲੋਂ ਲੈ ਰਿਹਾ ਹੈ, ਪਤਾ ਨਹੀਂ ਕਿੱਥੋਂ ਕਿੱਥੋਂ ਆਇਆ। ਦਿਨ ਵੀ ਨਹੀਂ ਆਪਣਾ ਤੇ ਰਾਤ ਵੀ ਨਹੀਂ ਆਪਣੀ, ਕੀ ਹੁੰਗਾਰਾ ਜਦੋਂ ਬਾਤ ਵੀ ਨਹੀਂ ਆਪਣੀ। ਦਿਨ ਵੀ ਨਹੀਂ ਆਪਣਾ ਤੇ ਰਾਤ ਵੀ ਨਹੀਂ ਆਪਣੀ, ਦਈਏ ਕੀ ਹੁੰਗਾਰਾ ਜਦੋਂ ਬਾਤ ਵੀ ਨਹੀਂ ਆਪਣੀ। ਵੱਡੇ ਲੋਕਾਂ ਦੇ ਹੱਥਾਂ ਵਿੱਚ ਖੇਡਦੀ ਖਿਡੌਣੇ ਵਾਂਗ ਟੁੱਟ ਜਾਏ। ਕਾਹਤੋਂ ਆਈ ਏ ਗਰੀਬ ਤੇ ਜਵਾਨੀ, ਇਹ ਨੀ ਫਿਕਰਾਂ ਚ ਮੁੱਕ ਜਾਏ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ, ਕਮੈਂਟ ਕਰਿਓ ਤੇ ਸ਼ੇਅਰ ਕਰਿਓ।